ਅੰਮ੍ਰਿਤਸਰ ਦੇ ਹਾਥੀਗੇਟ ਇਲਾਕੇ ਦੇ ਵਿੱਚ ਦੋ ਧਿਰਾਂ ਆਪਸ ਵਿੱਚ ਭਿੜਦੀਆਂ ਨਜ਼ਰ ਆਈਆਂ ਨੇ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਇੱਕ ਧਿਰ ਦੇ ਵੱਲੋਂ ਆਪਣੇ ਲੜਕੇ ਦਾ ਰਿਸ਼ਤਾ ਦੂਜੀ ਧਿਰ ਦੀ ਲੜਕੀ ਦੇ ਨਾਲ ਕੀਤਾ ਗਿਆ ਸੀ ਤੇ ਜਦ ਉਹਨਾਂ ਨੂੰ ਲੜਕੀ ਬਾਰੇ ਕੁਝ ਇਤਰਾਜ਼ਯੋਗ ਚੀਜ਼ਾਂ ਪਤਾ ਲੱਗਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਲੜਕੀ ਦੇ ਨਾਲ ਰਿਸ਼ਤਾ ਤੋੜ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਲੜਕੀ ਧਿਰ ਦੇ ਵੱਲੋਂ ਲੜਕੇ ਪਰਿਵਾਰ ਦੇ ਨਾਲ ਕਾਫੀ ਖੁੰਦਕ ਰੱਖੀ ਜਾ ਰਹੀ ਸੀ ਤੇ ਲੜਾਈ ਝਗੜਾ ਕੀਤਾ ਜਾਂਦਾ ਸੀ ਤੇ ਦੇਰ ਰਾਤ ਵੀ ਲੜਕੀ ਧਿਰ ਦੇ ਵੱਲੋਂ ਲੜਕੇ ਦੇ ਘਰ ਬਾਹਰ ਜਾ ਕੇ ਉਸਦੇ ਭਰਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਮਹਿਲਾਵਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ ਤੇ ਜਦੋਂ ਉਹਨਾਂ ਕਸੂਰ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੀਆਂ ਧੀਆਂ ਦੇ ਨਾਲ ਇੱਦਾਂ ਕਰਦੇ ਹੋ ਤੇ ਅਸੀਂ ਤੁਹਾਨੂੰ ਕੁਝ ਨਾ ਕਹੀਏ। ਇਸ ਗੱਲ ਨੂੰ ਲੈ ਕੇ ਜਿਹੜਾ ਵਿਵਾਦ ਆ ਉਹ ਸ਼ੁਰੂ ਹੁੰਦਾ ਹੈ ਜਿਸ ਦੌਰਾਨ ਕਿ ਕਾਫੀ ਬਹਿਸਬਾਜ਼ੀ ਹੋਈ ਹੈ ਤੇ ਰਾਤ ਤੱਕ ਦੋਵਾਂ ਧਿਰਾਂ ਦੇ ਵਿੱਚ ਇੱਟਾਂ ਰੋੜੇ ਚੱਲਦੇ ਰਹੇ ਨੇ। ਬੋਤਲਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਤੇ ਦੋਵਾਂ ਧਿਰਾਂ ਦੇ ਹੀ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜੋ ਕਿ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤੇ ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਹਾਥੀ ਗੇਟ ਦੇ ਅੰਦਰ ਇੱਕ ਵਾਲਮੀਕੀ ਮੁਹੱਲਾ ਪੈਂਦਾ, ਉੱਥੋਂ ਦੀ ਲੜਕੀ ਵਾਲੇ ਸਨ ਤੇ ਹਿੰਦੁਸਤਾਨ ਬਸਤੀ ਜਿਹੜੇ ਕਿ ਉੱਥੋਂ ਦਾ ਲੜਕਾ ਸੀ। ਦੋਵਾਂ ਦੇ ਵਿਚਾਲੇ 2 ਮਹੀਨਾ ਪਹਿਲਾਂ ਗੱਲਬਾਤ ਚੱਲਦੀ ਹੈ ਪਰ ਕਿਸੇ ਕਾਰਨ ਦੋਵਾਂ ਦਾ ਰਿਸ਼ਤਾ ਟੁੱਟ ਜਾਂਦਾ। ਇਸ ਤੋਂ ਬਾਅਦ ਕਿ ਦੋਵੇਂ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਬੀਤੀ ਰਾਤ ਵੀ ਇਸੇ ਤਰ੍ਹਾਂ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਤੇ ਹਿੰਦੁਸਤਾਨ ਬਸਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਇੱਧਰ ਵਾਲਮੀਕੀ ਮੁਹੱਲੇ ਦੇ ਵਿੱਚ, ਦੂਜੀ ਧਿਰ ਆਉਂਦੀ ਹੈ ਤੇ ਦੋਹਾਂ ਦੇ ਵੱਲੋਂ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਗਿਆ। ਇੱਟਾਂ ਰੋੜਿਆਂ ਦੇ ਨਾਲ ਹਮਲੇ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਕਿ ਕਈ ਲੋਕ ਇਸ ਵੇਲੇ ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਨੇ, ਦੋਵਾਂ ਪਾਰਟੀਆਂ ਨੂੰ ਸ਼ਾਂਤ ਕਰਵਾ ਕੇ ਘਰ ਭੇਜਿਆ ਗਿਆ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਦੇ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ। ਜਦ ਵੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੇ ਖਿਲਾਫ ਫਿਰ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਸਾਡੇ ਕਤਵਾਲੀ ਦੇ ਏਰੀਏ ਵਿੱਚ ਹਾਥੀ ਗੇਟ ਦੇ ਅੰਦਰ ਇੱਕ ਵਾਲਮੀਕੀ ਮਹੱਲਾ ਪੈਂਦਾ ਆ, ਉੱਥੋਂ ਦੇ ਲੜਕੀ ਵਾਲੇ ਸੀ ਤੇ ਔਰ ਹਿੰਦੁਸਤਾਨ ਬਸਤੀ ਜਿਹੜੀ ਬੀੜਵੇਂ 'ਚ ਪੈਂਦੀ ਉੱਥੋਂ ਦੇ ਲੜਕੇ ਵਾਲੇ ਸੀ। ਇਹ ਇਹਨਾਂ ਦਾ 2 ਕੁ ਮਹੀਨੇ ਪਹਿਲਾਂ ਆਪਸ 'ਚ ਲੜਕੀ ਦਾ ਅਤੇ ਲੜਕੇ ਦਾ ਰਿਸ਼ਤਾ ਹੋਇਆ ਸੀ ਆਪਸ 'ਚ, ਜਿਹਦੇ ਨਾਲ ਜਿਸ ਤੋਂ ਬਾਅਦ ਰਿਸ਼ਤੇ ਆਉਣ ਤੋਂ ਬਾਅਦ ਇਹਨਾਂ ਦਾ ਆਪਸ 'ਚ ਕੋਈ ਡਿਸਪਿਊਟ ਪੈ ਗਿਆ, ਉਹ ਰਿਸ਼ਤਾ ਟੁੱਟ ਗਿਆ। ਉਹ ਉਸੇ ਰੰਜਿਸ਼ ਦੇ ਵਿੱਚ ਦੋਵੇਂ ਪਾਰਟੀਆਂ ਕਿਤੇ ਰਾਤ ਇਕੱਠੀਆਂ ਹੋਈਆਂ ਸੀ, ਉਹ ਇੱਕ ਦੂਜੇ ਦਾ ਬੋਲ ਬੁਲਾਰਾ ਉਹਨਾਂ ਦਾ ਹੋ ਗਿਆ। ਬੋਲ ਬੁਲਾਰੇ ਤੋਂ ਬਾਅਦ ਹਿੰਦੁਸਤਾਨ ਬਸਤੀ ਦੇ ਵਿੱਚ ਬੰਦੇ ਇਕੱਠੇ ਹੋ ਕੇ ਅਤੇ ਇੱਧਰ ਵਾਲਮੀਕੀ ਮਹੱਲੇ ਆ ਗਏ, ਜਿਹਦੇ ਆਪਸ 'ਚ ਇਹਨਾਂ ਦੀ ਥੋੜ੍ਹੀ ਉੱਤੇ ਝੜਪ ਹੋਈ, ਲੜਾਈ ਝਗੜਾ ਹੋਇਆ। ਲੜਾਈ ਝਗੜੇ ਤੋਂ ਬਾਅਦ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ, ਤੁਰੰਤ ਪੁਲਿਸ ਪਾਰਟੀ ਨੂੰ ਮੌਕੇ 'ਤੇ ਭੇਜਿਆ। ਪੁਲਿਸ ਪਾਰਟੀ ਨੇ ਜਾ ਕੇ ਦੋਵਾਂ ਪਾਰਟੀਆਂ ਨੂੰ ਜਿਹੜਾ ਵਾ ਉਹ ਸ਼ਾਂਤ ਕੀਤਾ, ਉਹ ਘਰ ਭੇਜ ਦਿੱਤਾ ਸੀ। ਔਰ ਉਸ ਤੋਂ ਬਾਅਦ ਅਜੇ ਤੱਕ ਸਾਡੇ ਕੋਈ ਕੰਪਲੇਂਟ ਨਹੀਂ ਆਈ ਹੈ ਇਸ ਸੰਬੰਧ ਵਿੱਚ, ਜਾਂ ਕੋਈ ਮੈਡੀਕਲ ਰਿਜ਼ਲਟ ਨਹੀਂ ਆਇਆ। ਜਦੋਂ ਵੀ ਆਉਂਦਾ ਉਹਦੇ ਮੁਤਾਬਕ ਆਪਾਂ ਕਾਰਵਾਈ ਜਿਹੜੀ ਹੈ ਅਮਲ 'ਚ ਲਿਆਵਾਂਗੇ। ਨਹੀਂ, ਵੀਡੀਓ ਵਾਇਰਲ ਸਾਡੇ ਕੋਲ ਤਾਂ ਕੋਈ ਨਹੀਂ, ਐਜ਼ ਇਟ ਇਜ਼ ਆਈ, ਜੇ ਆਏਗੀ ਤਾਂ ਆਪਾਂ ਉਹਨੂੰ ਚੈੱਕ ਕਰ ਲੈਂਦੇ ਹਾਂ। ਬਟ ਸਾਡੀ ਪੁਲਿਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚ ਗਈ ਸੀ। ਮੈਨੂੰ ਰਾਤੀ ਫੋਨ ਆਇਆ ਸੀ, ਉਦੋਂ ਹੀ SHO ਡੀ ਡਿਵੀਜ਼ਨ ਔਰ SHO ਕਤਵਾਲੀ ਨੂੰ ਉੱਥੇ ਜਿਹੜਾ ਪਹੁੰਚਣ ਲਈ ਮੂਵ ਕਰਨ ਲਈ ਉਸ ਵੇਲੇ ਤੁਰੰਤ ਕਹਿਤਾ ਸੀ, ਸਾਡੀ ਫੋਰਸ ਉੱਥੇ ਪਹੁੰਚ ਵੀ ਗਈ ਸੀ। ਮੇਰਾ ਨਾਮ ਨੈਨਾ ਸਿੱਧੂ ਆ। ਮੇਰੇ ਜੇੜ ਦੇ ਆ ਕੇ ਇਹ ਗੱਲ ਪਈਆਂ ਨੇ, ਠੀਕ ਹੈ। ਅਸੀਂ ਨੋਰਮਲੀ ਆਪਾਂ ਗੱਲ ਕਰ ਰਹੇ ਸੀ, ਮੈਂ ਤੇ ਮੇਰੀ ਜੇਠਾਣੀ ਹੈਗੀ ਸੀ, ਇਹ ਪੈਂਦੇ ਸੱਟੇ ਆਈਆਂ ਮੇਰੇ ਜੇੜ ਨੂੰ ਆ ਕੇ, ਇਹਨਾਂ ਨੇ ਚਪੇੜਾਂ ਮਾਰੀਆਂ, ਠੀਕ ਹੈ। ਉਹ ਕਹਿੰਦੇ ਆ ਕਿ ਭੈਣ ਜੀ ਕੀ ਹੋ ਗਈ ਗੱਲ, ਤੇ ਅਗਲੀ ਕਹਿੰਦੇ ਆ ਕਿ ਨਹੀਂ ਤੂੰ ਮੇਰੇ ਕੁੜੀਆਂ ਨੂੰ ਗਾਲਾਂ ਕੱਢੀਆਂ ਵਾ। ਪਰ ਇੱਦਾਂ ਦੀ ਕੋਈ ਗੱਲ ਨਹੀਂ ਹੋਈ, ਆਪਾਂ ਗੋਲ ਗੱਪੇ ਖਾਣ ਗਏ, ਗੋਲ ਗੱਪੇ ਖਾ ਕੇ ਆਪਾਂ ਆਉਣ ਹੀ ਵਾਲੇ ਸੀ, ਇਹ ਸਾਨੂੰ ਟੱਕਰ ਗਈਆਂ, ਇਹਨਾਂ ਨੇ ਸਾਨੂੰ ਕੱਚਾ ਗੰਦ ਬੋਲਿਆ। ਆਪਾਂ ਕੁਛ ਨਹੀਂ ਕਿਹਾ, ਆਪਾਂ ਗੱਡੀ ਲਿੱਤੀ ਘਰੇ ਆ ਗਏ, ਠੀਕ ਹੈ। ਇਹ ਮਾਵਾਂ ਧੀਆਂ ਆਈਆਂ ਮੇਰੇ, ਇਹਨਾਂ ਨੂੰ ਮੈਨੂੰ ਪੁੱਛਿਆ ਲਾਪੀਆਂ ਕਿ ਤੂੰ ਉਹਨਾਂ ਨੂੰ ਕੀ ਕਿਹਾ। ਮੈਂ ਕਿਹਾ ਆਂਟੀ ਜੀ ਮੈਂ ਕੁਛ ਨਹੀਂ ਕਿਹਾ ਉਹਨੂੰ, ਉਹਨੇ ਹੀ ਆ ਕੇ ਸਗੋਂ ਸਾਨੂੰ ਗਾਲਾਂ ਕੱਢੀਆਂ। ਉਹਨੇ ਫਿਰ ਉਸ ਤੋਂ ਬਾਅਦ ਮੇਰੇ ਥੱਪੜ ਮਾਰਿਆ। ਆਪਾਂ ਮੈਂ ਕਿਹਾ ਉਦੋਂ ਵੀ ਨਹੀਂ ਕੁਛ ਕਿਹਾ, ਜਦੋਂ ਇਹਨਾਂ ਦੀ ਮਾਸੀ ਨੇ ਆ ਕੇ ਮੇਰੇ ਥੱਪੜ ਮਾਰਿਆ ਨਾ, ਫਿਰ ਮੇਰੇ
ਬਰਾਬਰ ਜੇਠ ਜੀ ਨੇ ਪਿੱਛੇ ਕੀਤਾ ਕਿ ਤੂੰ ਸਾਡੀ ਕੁੜੀ ਦੇ ਕਿਉਂ ਥੱਪੜ ਮਾਰਿਆ। ਬਸ ਇੰਨੀ ਗੱਲ ਤੋਂ ਮੁੰਡੇ ਲੈ ਕੇ ਆ ਗਈਆਂ, ਠੀਕ ਹੈ ਮੁੰਡੇ ਲੈ ਕੇ ਆਈਆਂ। ਫਿਰ ਮੇਰੇ ਭਰਾ ਜੇਠ ਉੱਤੇ ਹਮਲਾ ਕੀਤਾ, ਮੇਰੇ ਘਰ ਵਾਲੇ ਉੱਤੇ ਹਮਲਾ ਕੀਤਾ, ਆਹ ਵੇਖੋ ਉਹਨਾਂ ਸੱਟਾਂ ਲਾਈਆਂ, ਠੀਕ ਹੈ ਮੇਰੇ ਦਿਓਰ ਉੱਤੇ ਹਮਲਾ ਕੀਤਾ, ਮੇਰੀ ਜਠਾਣੀ ਉੱਤੇ ਹਮਲਾ ਕੀਤਾ ਇਹਨਾਂ ਨੇ, ਠੀਕ ਹੈ। ਉਸ ਤੋਂ ਬਾਅਦ ਚਲੋ ਆਪਾਂ ਕਿਹਾ ਚੱਲ ਕੋਈ ਗੱਲ ਨਹੀਂ, ਫਿਰ ਇਹ ਗੁੰਡੇ ਹੋਰ ਲੈ ਆਈਆਂ ਉਧਰੋਂ, ਠੀਕ ਹੈ ਲੈ ਕੇ ਆਈਆਂ, ਕਹਿੰਦੀਆਂ ਕਿ ਅੱਜ ਤੁਹਾਡੀ ਆ ਰਿਹਾ ਪਾਰ,